ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਪ ਗੁਰਪ੍ਰਸਾਦ ਜਪ ਆਦਿ ਸਚ ਆਦਿ ਸਚ ਜੁਗਾਦ ਸਚ ਜੁਗਾਦ ਸਚ ਹੈ ਵੀ ਸਚ ਸਚ ਨਾਨਕ ਹੋਸੀ ਵੀ ਸਚ ਨਾਨਕ ਹੋਸੀ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ। ਸਤਨਾਮ ਸ੍ਰੀ ਵਾਹਿਗੁਰੂ 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 ਆਖਾ ਦੀਵਾ ਵਿਸਰੇ ਮਰ ਜਾਓ ਆਖਾ ਦੀਵਾ ਵਿਸਰੇ ਮਰ ਜਾਓ ਆਖਾ ਦੀਵਾ ਵਿਸਰੇ ਚੱਲੀਏ ਰੂਪ ਉਤ ਭੁੱਖੇ ਖਾਏ ਚੱਲੀਏ ਤੂੰ
ਸੋ ਕਿਉਂ ਵਿਸਰੇ ਮੇਰੀ ਮਾਂ ਸਾਖਾ ਸਾਹਿਬ ਸਾਚੇ ਨਾਏ ਸਾਖਾ ਸਾਹਿਬ ਸਾਚੇ ਨਾਏ ਸੋ ਕਿਉਂ ਵਿਸਰੇ ਸਾਚੇ ਨਾਏ ਆਖਾਂ ਦੀਵਾ ਵਿਸਰੇ
ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਸਾਚੇ ਨਾਮ ਕੀ ਦਿਲ ਵਟਿਆ ਆਖ ਤੱਕੇ ਕੀਮਤ ਨਹੀਂ ਪਾਈ, ਆਖ ਤੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਾਂ
ਸੁਣ ਵਿਸਾਰੇ ਤੇ ਕਮਜ਼ਾ ਤੇ ਕਮਜ਼ਾਤ ਹਾਂ ਖਸਮ ਵਿਸਾਰੇ ਤੇ ਕਮਜ਼ਾ ਖਸਮ ਵਿਸਾਰੇ ਤੇ ਕਮਜ਼ਾ ਨਾਨਕ ਨਾਵੇ ਬਾਜ ਸਨਾਤ ਨਾਨਕ ਨਾਵੇ ਬਾਜ ਸਨਾਤ ਆਖਾਂ ਜੀਵਾ ਵਿਸਰੇ ਮਰ ਜਾਂ ਆਖਾਂ ਜੀਵਾ ਵਿਸਰੇ ਜਲ ਛਾਇਆ ਰਾਮ ਵਿੱਚ
ਪੁਰਾਣੀ ਗਾਇਆ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਆਪਣਾ ਬਿਰਦ ਰੱਖਿਆ ਪਰਮੇਸ਼ਰ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਮ ਧਿਆਇਆ ਨਾਨਕ ਨਾਮ ਧਿਆਇਆ ਨਾਨਕ ਨਾਮ ਧਿਆਇਆ ਨਾਮ ਧਿਆਇਆ ਚੰਦਾਂ ਦੇ ਤਾਰੇ ਆਪ ਖਲੋਇਆ ਹਰ ਕੰਮ ਕਲਾ ਸਰ ਪਰ ਰਾਖੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਗਤ ਮਿਤ ਕੋਈ ਨ ਲਾਖੇ ਕੀ ਗਤ ਮਿਤ ਕੋਈ ਨ ਲਾਖੇ ਹਰ ਕਿਰਪਾ ਪ੍ਰਭੂ ਹੱਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਆ ਤਾਪ ਗਿਆ ਪ੍ਰਭੂ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਪਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਹਲਤ
ਗਲਤ ਪ੍ਰਭ ਕੋ ਮੈਂ ਸਮਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰੇ ਅਟਲ ਬਚਨ ਅਟਲ ਬਚਨ ਨਾਨਕ ਗੁਰ ਤੇਰਾ ਉਹ ਸਫਲ ਕਰ ਮਸਤਕ ਧਾਰਿਆ ਮਸਤਕ ਧਾਰਿਆ ਮਸਤਕ ਧਾਰਿਆ ਆਪ ਖੰਡੋਆ ਆਪ ਖੰਡੋਆ ਆਪ ਖੰਡੋਆ ਆਪ ਖੰਡੋਆ ਸੰਤਾਂ ਕੇ ਕਾਰਜ ਆਪ ਖੰਡੋਆ ਸੰਤਾਂ ਕੇ ਕਾਰਜ ਆਪ ਖੰਡੋਆ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਦ ਧਿਆਵੇ ਮਨ ਬੇਚੈ ਸਤਗੁਰ ਕੇ ਪਾਸ ਤਿਸ ਸੇਵਕ ਕੇ ਤਿਸ ਸੇਵਕ ਕੇ ਕਾਰਜ ਰਾਸ ਮਹਾਂਪੁਰਖਾਂ ਭਗਤ ਜਿਨ੍ਹਾਂ ਨੇ ਹਰ ਕਾਰਜ ਵਿੱਚ ਹਰ ਸਮੇਂ ਹਰ ਸਵਾਸ ਆਪਣੇ ਮਾਲਕ ਨੂੰ ਮੁੱਖ ਰੱਖਿਆ ਮਨ ਦੇ ਆਖੇ ਨਹੀਂ ਗੁਰੂ ਦੇ ਮਾਰਗ ਤੇ ਚੱਲ ਕੇ ਗੁਰੂ ਦੇ ਮਗਰ ਚੱਲ ਕੇ ਆਪਣੇ ਜੀਵਨ ਨੂੰ ਉਲੀਕਿਆ ਕਾਰਜਾਂ ਵਿੱਚ ਕਦੋਂ ਵਿਘਨ ਪੈ ਜਾਂਦੇ ਹਨ ਜਦੋਂ ਅਸੀਂ ਆਪਣੇ ਮਨ ਦੇ ਆਖੇ ਮਨ ਦੇ ਮਗਰ ਲੱਗਦੇ ਹਾਂ ਆਹ ਕਾਰਜ ਵੀ ਕਰ ਲਈਏ ਉਹ ਵੀ ਕਰ ਲਈਏ ਜਿਨ੍ਹਾਂ ਵੀ ਭਗਤਾਂ ਨੇ ਨਾਮ ਜਪਿਆ ਸਾਸ ਗ੍ਰਾਸ ਫਿਰ ਢਿੱਲ ਨਹੀਂ ਲਾਈ ਪਰਮੇਸ਼ਰ ਨੇ ਉਹਨਾਂ ਦੀ ਰੱਖਿਆ ਕਰਦਿਆਂ ਭਗਤ ਪ੍ਰਹਿਲਾਦ ਨੂੰ ਬਚਾਇਆ ਗੱਜ ਕੋ ਗ੍ਰਹ ਨੇ ਪਕੜ ਲਿਆ ਉਸ ਵੇਲੇ ਯਾਦ ਕੀਤਾ ਭੇਟਾ ਕੀਤੀ ਕਮਲ ਫੁੱਲ ਦੀ ਭੇਟਾ ਕਰਕੇ ਯਾਦ ਕੀਤਾ ਇਹ ਪਰਮੇਸ਼ਰ ਤੂੰ ਮੇਰੀ ਰੱਖਿਆ ਕਰ ਤਬ ਪੈਰ ਪਿਆ ਬੇਤਾਇਆ ਪਰਮੇਸ਼ਰ ਨੇ ਆ ਕੇ ਰੱਖਿਆ ਕੀਤੀ ਨਾਮ ਦੇਵ ਤੇ ਪੀੜਾ ਬਣੀ ਤਾਂ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰਿਭਵਨ ਦਨੀ ਫਿਰ ਪਖੰਤੜ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ
ਨਿਰੰਕਾਰ ਨੂੰ ਆਪਣੇ ਭਗਤਾਂ ਦੀ ਰੱਖਿਆ ਕਰਨੀ ਪਈ। ਕਲ ਯੁਗ ਮੇ ਨਾਮਾ ਭਗਤ ਹੋਏ ਫੇਰ ਦਿਹੋਰਾ ਗਾਏ ਜਿਵਾਈ, ਭਗਤ ਕਬੀਰ ਵਖਾਣੀ ਹੈ ਬੰਦੀ ਖਾਨੇ ਤੇ ਉੱਠ ਜਾਈ, ਤੰਨਾ ਜੱਟ ਉਧਾਰਿਆ ਸਦਨਾ ਜਾਤ ਅਜਾਤ ਕਸਾਈ, ਬੇਣੀ ਹੋਆ ਆਤਮੀ ਨੀਚ ਜਾਤ ਕੁਲ ਅੰਦਰ ਨਾਈ, ਤੇਰੇ ਪਾਤਸ਼ਾਹ ਦਾ ਬਚਨ ਹੈ ਕਰਕੇ ਨੀਚ ਸਦਾਵਾਂ। ਸਭ ਕੁਛ ਕਰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨੀਵਾਂ ਸਦਾਇਆ, ਕੁਝ ਬਣਿਆ ਨਹੀਂ। ਆਖਿਆ ਜੋ ਕੁਛ ਕੀਤਾ ਪਰਮੇਸ਼ਰ ਨੇ ਕੀਤਾ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣਾ ਕੁਛ ਹਰ ਕੀਆ ਭਇਓ ਕਬੀਰ ਕਬੀਰ। ਕਿਤਨੇ ਕੁ ਨਿਰੰਕਾਰ ਨੇ ਜਿਨ੍ਹਾਂ ਦੀ ਰੱਖਿਆ ਕੀਤੀ ਹੈ, ਕਿਤਨੇ ਕੁ ਦੱਸੀ ਜਾਵਾਂ। ਭਗਤ ਕਬੀਰ ਜੀ, ਕਿਉਂਕਿ ਨਿਰੰਕਾਰ ਨੇ ਆਪਣੇ ਭਗਤਾਂ ਨੂੰ ਬਹੁਤੇ ਪਦਾਰਥ ਨਹੀਂ ਦਿੱਤੇ, ਉਤਨੇ ਕੁ ਦਿੱਤੇ ਜਿਤਨੇ ਕੁ ਲੋੜ ਪੂਰੀ ਹੋ ਜਾਵੇ। ਭਗਤ ਕਬੀਰ ਜੀ ਦੀ ਲੜਕੀ ਦਾ ਆਨੰਦ ਕਾਰਜ ਹੈ, ਸ਼ਾਦੀ ਨੇੜੇ ਹੈ, ਆਪਨੇ ਇੱਕ ਥਾਨ ਬੁਣਿਆ ਬੜੀਆਂ ਮੁਸ਼ਕਲਾਂ ਨਾਲ, ਭਈ ਇਹ ਵੇਚਾਂਗੇ ਇਹਦੇ ਤੋਂ ਜੋ ਕੁਝ ਵੀ ਮਿਲੇਗਾ ਤਿਲ ਫੁੱਲ ਉਹ ਵਿਆਹ ਤੇ ਲਾ ਦੇਵਾਂਗੇ। ਇਤਿਹਾਸ ਵਿੱਚ ਲਿਖਿਆ ਕਿ ਜਦੋਂ ਕਬੀਰ ਜੀ ਵੇਚਣ ਗਏ ਥਾਨ, ਖੱਦਰ ਦਾ ਥਾਨ ਸੀ, ਮਾਤਾ ਲੋਈ ਕਹਿੰਦੀ ਜਲਦੀ ਆਉਣਾ, ਕੋਈ ਹੋਰ ਵੀ ਸਮਾਨ ਸਮੂਨ ਮੰਗਾਉਣਾ ਹੈ ਜਿਹੜੇ ਚਾਰ ਪੈਸੇ ਮਿਲਣ, ਆ ਇੱਕੋ ਹੀ ਤਾਂ ਰਾਤ ਰਹਿ ਗਈ ਹੈ ਵਿਆਹ ਵਿੱਚ, ਤੇ ਜਲਦੀ ਆਓਗੇ ਤਾਂ ਕੋਈ ਤਿਆਰੀ ਕਰਾਂਗੇ। ਮੈਂ ਬੇਨਤੀ ਕਰ ਰਿਹਾ ਇਹ ਉਹਨਾਂ ਲਈ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਦ ਤਿਆਵੈ। ਇਸ ਤਰ੍ਹਾਂ ਜਿਨ੍ਹਾਂ ਨੇ ਮਨ ਵੇਚ ਦਿੱਤਾ ਗੁਰੂ ਦੇ ਅੱਗੇ, ਗੁਰੂ ਕਿਵੇਂ ਰੱਖਿਆ ਕਰਦਾ। ਖੱਦਰ ਦਾ ਥਾਨ ਲੈ ਕੇ ਖੜੋਤੇ ਹਨ, ਨਿਰੰਕਾਰ ਨੇ ਇੱਕ ਸਾਧੂ ਦਾ ਰੂਪ ਧਾਰਨ ਕੀਤਾ ਤੇ ਆ ਕੇ ਪੁੱਛਣ ਲੱਗੇ ਕਬੀਰ ਜੀ ਨੂੰ, ਮਹਾਰਾਜ ਬਈ ਕਿਰਪਾ ਕਰੋ ਮੈਨੂੰ ਕਬੀਰ ਦਾ ਘਰ ਦੱਸੋ, ਕਬੀਰ ਦਾ ਘਰ ਕਿੱਥੇ ਹੈ। ਕਬੀਰ ਜੀ ਕਹਿਣ ਲੱਗੇ ਬਈ ਇਹ ਤਾਂ ਮੈਨੂੰ ਹੀ ਪੁੱਛ ਰਿਹਾ, ਭਾਈ ਤੈਨੂੰ ਚਾਹੀਦਾ ਕੀ ਹੈ। ਆਖੇ ਬਸ ਸਰਦੀਆਂ ਦੇ ਦਿਨ ਹਨ, ਆ ਕੁੜਤਾ ਫਟਿਆ ਹੋਇਆ। ਮੈਂ ਕਿਹਾ ਇੱਕ ਕੁੜਤੇ ਦਾ ਕੋਈ ਕੱਪੜਾ ਹੀ ਲਿਆਵਾਂ ਉਹਨਾਂ ਕੋਲੋਂ, ਤੇ ਕਹਿਣ ਲੱਗੇ ਉਹ ਤਾਂ ਤੈਨੂੰ ਅਸੀਂ ਦੇ ਦਿੰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਨਿਰੰਕਾਰ ਵੀ ਸੰਤ ਖੇਲੇ ਤੁਮ ਸੰਗ ਗੋਪਾਲਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਖੇਡਦਾ ਮਹਾਂਪੁਰਖਾਂ ਨਾਲ, ਕੌਤਕ ਕਰਦਾ, ਕੌਤਕ ਵਰਤਾਇਆ ਨਿਰੰਕਾਰ ਨੇ। ਕਬੀਰ ਜੀ ਨੇ ਕੁੜਤੇ ਦਾ ਕੱਪੜਾ ਫਾੜ ਕੇ ਦੇ ਦਿੱਤਾ ਤੇ ਫਿਰ ਕਹਿਣ ਲੱਗੇ ਭਲੇ ਲੋਕਾ ਬਈ ਹੁਣ ਤੈਨੂੰ ਹੋਰ ਖੇਚਲ ਨਹੀਂ ਦੇਣੀ, ਕਿਰਪਾ ਕਰ ਭਈ ਸਾਨੂੰ ਕਬੀਰ ਦਾ ਘਰ ਜ਼ਰੂਰ ਦੱਸ ਦੇ। ਆਖਿਆ ਹੁਣ ਕੀ ਕੰਮ ਹੈ ਕਬੀਰ ਕੋਲ,
ਕਹਿਣ ਲੱਗਾ ਪੱਗ ਵੀ ਫਟੀ ਹੋਈ ਹੈ, ਲੀਰੋ ਲੀਰ ਹੈ, ਇਹ ਮੈਂ ਉਹਦੇ ਕੋਲੋਂ ਲੈ ਲਵਾਂਗਾ। ਕਬੀਰ ਜੀ ਕਹਿਣ ਲੱਗੇ ਚਲੋ ਮੈਂ ਹੀ ਤੈਨੂੰ ਦੇ ਦਿੰਦਾ, ਛੱਡ ਤੂੰ ਕਬੀਰ ਨੂੰ ਕੋਲੋਂ ਕੀ ਲੈਣਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਪੱਗ ਫਾੜ ਕੇ ਦੇ ਦਿੱਤੀ ਤੇ ਭਗਵਾਨ ਹੁਣ ਚਰਨਾਂ ਤੇ ਲੇਟ ਗਏ ਸਾਧੂ ਦੇ ਰੂਪ ਵਿੱਚ। ਉਹ ਪਿਆਰਿਆ, ਉਹ ਰੱਬ ਦਿਆ ਪਿਆਰਿਆ, ਤੂੰ ਹੀ ਕੋਈ ਕਬੀਰ ਨਾਲੋਂ ਘੱਟ ਨਹੀਂ ਪਰ ਪੁਕਾਰੀ, ਪਰ ਹੁਣ ਮੈਂ ਤੈਨੂੰ ਕੁਝ ਕਹਿਣਾ ਨਹੀਂ, ਮੈਂ ਬੋਲਣ ਜੋਗਾ ਨਹੀਂ ਰਿਹਾ, ਮੈਨੂੰ ਕਬੀਰ ਦਾ ਘਰ ਜ਼ਰੂਰ ਦੱਸ ਦੇ। ਆਖਿਆ ਹੁਣ ਕੀ ਲੈਣਾ ਤੂੰ ਕਬੀਰ ਕੋਲੋਂ? ਕਹਿਣ ਲੱਗਾ ਵੇਖੋ ਨਾ ਚਾਦਰ ਫਟੀ ਹੋਈ ਹੈ ਜਿਹੜੀ ਉੱਪਰ ਓੜੀ ਹੋਈ ਹੈ, ਤੇ ਦੋ ਕੱਪੜੇ ਨਵੇਂ ਤੇ ਚਾਦਰ ਪੁਰਾਣੀ ਹੋਵੇ ਤੇ ਚੰਗੀ ਨਹੀਂ ਨਾ ਲੱਗਦੀ। ਤੇ ਕਬੀਰ ਜੀ ਨੇ ਵੇਖਿਆ ਪਿੱਛੇ ਕੱਪੜਾ ਹੀ ਥਾਂ ਚ ਕੇਵਲ ਚਾਦਰ ਜਿਤਨਾ ਹੀ ਰਹਿ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੈਂ ਬੇਨਤੀ ਕਰ ਰਿਹਾ ਜਿਨ੍ਹਾਂ ਨੇ ਨਿਰੰਕਾਰ ਨੂੰ ਖਲਾਰ ਲਿਆ ਆਪਣੇ ਕਾਰਜਾਂ ਵਿੱਚ, ਕਬੀਰ ਦੇ ਘਰ ਵਿਆਹ ਹੈ, ਆ ਵੇਖੋ ਕਰ ਕੀ ਰਹੇ ਨੇ। ਕਬੀਰ ਜੀ ਨੇ ਜਦੋਂ ਵੇਖਿਆ ਥਾਨ ਬਾਈ ਹੁਣ ਤਾਂ ਚਾਦਰ ਜੋਗਾ ਹੀ ਰਹਿ ਗਿਆ ਕੱਪੜਾ, ਚੰਗਾ ਬਾਈ ਤੂੰ ਲੈ ਜਾ। ਨਿਰੰਕਾਰ ਨੇ ਸਾਧੂ ਦਾ ਰੂਪ ਧਾਰਨ ਕੀਤਾ ਸੀ, ਸਭ ਕੁਛ ਲੈ ਗਏ ਤੇ ਕਬੀਰ ਜੀ ਹੁਣ ਇਕਾਂਤ ਬੀਆਬਾਨ ਜੰਗਲ ਵਿੱਚ ਜਾ ਕੇ ਬੈਠੇ। ਬਈ ਘਰ ਵਾਲੇ ਪੁੱਛਣਗੇ ਤੇ ਜਵਾਬ ਕੀ ਦੇਵਾਂਗਾ। ਜਾ ਕੇ ਬਹਿ ਗਏ ਤੇ ਹੁਣ ਨਿਰੰਕਾਰ ਨੇ ਕਬੀਰ ਦਾ ਰੂਪ ਧਾਰਨ ਕੀਤਾ। ਉਚਾਰਨ ਕਰੋ ਸ੍ਰੀ ਕਬੀਰ ਦਾ ਰੂਪ ਧਾਰਨ ਕਰਕੇ ਘਰ ਆਏ ਤੇ ਮਾਤਾ ਲੋਈ ਕਹਿੰਦੀ ਹੁਣੇ ਗਏ ਸੀ ਤੇ ਛੇਤੀ ਵਾਪਸ ਆ ਗਏ, ਥਾਨ ਵੇਚ ਆਇਓ। ਹਾਂ ਕਹਿਣ ਲੱਗੇ ਥਾਨ ਤਾਂ ਮੈਂ ਬੜੇ ਵੱਡੇ ਸ਼ੇਠ ਨੂੰ ਵੇਚ ਕੇ ਆਇਆ। ਤੇ ਉਸਨੇ ਕਿਹਾ ਬਈ ਤੁਹਾਡੀ ਧੀ ਕੀ ਤੇ ਮੇਰੀ ਕੀ, ਮੈਂ ਸਭ ਕੁਝ ਆਪੇ ਹੀ ਕਰ ਦੇਵਾਂਗਾ, ਮੈਂ ਸਭ ਕੁਝ ਆਪੇ ਹੀ ਕਰ ਦੇਵਾਂਗਾ। ਸਾਧ ਸੰਗਤ ਬੋਲੋ ਸ੍ਰੀ, ਇਤਨਾ ਬਚਨ ਕਰ ਹੀ ਰਹੇ ਸੀ ਕਿ ਪਿੱਛੋਂ ਕੁਛ ਬੰਦੇ ਆ ਗਏ। ਮਹਾਰਾਜ ਬਈ ਜੋ ਹੁਕਮ ਕੀਤਾ ਸੀ ਛੇਠ ਹੋਰਾਂ ਨੇ ਭੇਜ ਦਿੱਤਾ। ਤੇ ਮਾਤਾ ਲੋਈ ਨੇ ਜਦੋਂ ਵੇਖਿਆ ਬਾਹਰ ਪਦਾਰਥਾਂ ਦੇ ਗੱਡੇ ਲੱਦੇ ਹੋਏ ਹਨ। ਉਚਾਰਨ ਕਰੋ ਸ੍ਰੀ। ਕਬੀਰ ਜੀ ਤਾਂ ਸਿਮਰਨ ਨਾਲ ਜੁੜੇ ਹੋਏ ਨਿਰੰਕਾਰ ਦੇ ਚਰਨਾਂ ਵਿੱਚ। ਇੱਧਰ ਬਰਾਤ ਆਈ ਤੇ ਨਿਰੰਕਾਰ ਆਪ ਹੱਥ ਜੋੜ ਕੇ ਖੜੋਤੇ ਹੋਏ ਹਨ, ਜਾਂਜੀਆਂ ਮਾਂਜੀਆਂ ਨੂੰ ਜੀ ਆਇਆ ਕਹਿ ਰਹੇ ਹਨ, ਪ੍ਰਸਾਦਾ ਛਕਾਇਆ। ਹੋਰ ਜੋ ਯਥਾ ਯੋਗ ਸੇਵਾ ਸੀ ਕੀਤੀ, ਧੰਨ ਕਬੀਰ ਧੰਨ ਕਬੀਰ। ਤੇ ਆਪ ਹੀ ਫਿਰ ਡੋਲੀ ਤੋਰ ਕੇ ਤੇ ਫਿਰ ਨਿਰੰਕਾਰ ਉੱਥੇ ਆਣ ਖੜੋਤੇ ਜਿੱਥੇ ਕਬੀਰ ਬੈਠਾ ਸੀ, ਇੱਕ ਮਨ ਇੱਕ ਚਿੱਤ ਹੋ ਕੇ ਜਪ ਰਿਹਾ ਸੀ ਸ੍ਰੀ। ਉੱਥੇ ਆਣ ਖਲੋਤੇ ਭਗਤਾ ਜਿਹਨੂੰ ਹਿਰਦੇ ਚ ਵਸਾਈ ਬੈਠਾ, ਉਹ ਤੇਰੇ ਸਾਹਮਣੇ ਖੜੋਤਾ, ਅੱਖਾਂ ਖੋਲੀਆਂ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਬਈ ਜਿਹੜਾ ਤੇਰਾ ਕੰਮ ਸੀ ਨਾ, ਲੜਕੀ ਦਾ ਵਿਵਾਹ ਸੀ, ਆ ਮੈਂ ਸਾਰਾ ਹੀ ਕਰ ਆਇਆ।
ਬਰਾਤ ਨੂੰ ਵੀ ਜੀਉ ਆਇਆ ਆਖਿਆ, ਪ੍ਰਸਾਦੇ ਵੀ ਛਕਾਏ, ਡੋਲੀ ਵੀ ਤੋਰੀਆਂ, ਸਾਰੀਆਂ ਪੰਡਾਂ ਤੂੰ ਜ਼ਿੰਮੇਵਾਰੀ ਦੀਆਂ ਮੇਰੇ ਤੇ ਰੱਖ ਦਿੱਤੀਆਂ ਹਨ। ਭਗਵਾਨ ਕਹਿਣ ਲੱਗੇ, ਹੁਣ ਤੂੰ ਜਾ ਕਰ। ਤੇ ਕਬੀਰ ਜੀ ਪਹਿਚਾਣ ਗਏ, ਕਹਿਣ ਲੱਗੇ, ਕੋਈ ਪੰਡਾਂ ਐਵੇਂ ਨਹੀਂ ਰੱਖੀਆਂ, ਮੁਫਤ ਨਹੀਂ ਰੱਖੀਆਂ, ਤੂੰ ਫਿਰ ਥਾਨ ਵੀ ਤਾਂ ਤੂੰ ਹੀ ਲੈਣਾ ਨਾ। ਸਾਧ ਸੰਗਤ ਬੋਲੋ, ਸ੍ਰੀ ਥਾਨ ਵੀ ਤਾਂ ਤੂੰ ਲੈ ਗਿਆ। ਕਬੀਰ ਜੀ ਦਾ ਜੀ ਕੀਤਾ ਕਿ ਮੈਂ ਨਿਰੰਕਾਰ ਦੇ ਚਰਨ ਚੁੰਮ ਲਵਾਂ। ਜੋ ਡਿੱਗਣ ਲੱਗੇ, ਨਿਰੰਕਾਰ ਨੇ ਦੋਵੇਂ ਹੱਥ ਬੋਝ ਕੇ ਗੱਲ ਨਾਲ ਲਾ ਲਿਆ, ਆਖਿਆ, ਰਾਮ ਕਬੀਰੇ ਭੇਦ ਨਾ ਪਾਈ, ਹੁਣ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਇਹ ਸਾਧ ਸੰਗਤ ਜੀ ਕਿਹਨਾਂ ਤੇ ਇਹ ਸ਼ਕਤੀਆਂ ਵਰਤਦੀਆਂ ਹਨ, ਜਿਨ੍ਹਾਂ ਨੇ ਸਾਸ ਗ੍ਰਾਸ ਜਪਿਆ ਸ੍ਰੀ। ਫਿਰ ਘਰ ਬੈਸੋ, ਮੇਰੇ ਪਾਤਸ਼ਾਹ ਕਹਿੰਦੇ, ਫਿਰ ਹੋ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਬਹਿ ਜਾ, ਭਟਕਣਾ ਛੱਡ ਦੇ, ਡੋਲਣਾ ਛੱਡ ਦੇ, ਤੇ ਫਿਰ ਹੋ ਕੇ ਬਹਿ ਜਾ, ਇੱਕ ਦਾ ਆਸਰਾ ਲੈ ਲੈ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵਾਨ ਭਗਵੰਤ, ਤੇ ਫਿਰ ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਤੇਰੇ ਕਾਰਜ ਮੈਂ ਆਪ ਕਰਾਂਗਾ। ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕੋ ਦਾਤਾ ਮੰਗੀਏ, ਮਨ ਚਿਧਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਜਿਨ੍ਹਾਂ ਨੇ ਦੂਜੇ ਆਸਰੇ ਲੱਭੇ ਹਨ ਨਾ, ਉਹ ਕਦੇ ਵੀ ਪ੍ਰਾਪਤੀ ਨਹੀਂ ਕਰ ਸਕੇ ਪਰਮੇਸ਼ਰ ਦੀ। ਪ੍ਰਾਪਤ ਉਹਨਾਂ ਨੂੰ ਹੀ ਹੋਇਆ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਮੇਰੇ ਪਾਤਸ਼ਾਹ ਦਾ ਬਚਨ ਹੈ ਕਿ ਥਿਰ ਹੋ ਕੇ ਬੈਠ ਕੇ ਜਿਨ੍ਹਾਂ ਨੇ ਜਪਿਆ ਸ੍ਰੀ ਵਾਹਿਗੁਰੂ, ਥਿਰ ਘਰ ਬੈਸੋ ਹਰ ਜਨ ਪਿਆਰੇ, ਆਓ ਪਿਆਰ ਨਾਲ ਜਪੀਏ। ਤੁੰਬਰੇ ਕਾਜ ਸੰਵਾਰੇ ਸਤਿਗੁਰ, ਤੁੰਬਰੇ ਕਾਜ ਸੰਵਾਰੇ, ਤੁੰਬਰੇ ਕਾਜ ਸੰਵਾਰੇ ਸਤਿਗੁਰ, ਤੁੰਬਰੇ ਕਾਜ ਸੰਵਾਰੇ। ਫਿਰ ਘਰ ਬੈਸੋ ਸਤਿਗੁਰ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ, ਸਤਿਗੁਰ
I'm done.
दर्शन भेट होत पुनीता पुनरब गर्व न पावना पुनरब गर्व न पावना पुनरब गर्व न पावना आओ जी तू आओ संता संग समा
ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਜਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਵੋ ਆਪ ਹੱਥ ਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰ ਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਏ ਸਭੇ ਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਹੋਰ ਭਜਨ ਕੇ ਰਹਿ ਪਿਆਸਾ ਤੁਮੇ ਛਾੜ ਕੋਈ ਔਰ ਨਾ ਕਿਆ ਜੋ ਪਰ ਚਾਹ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਜਨ ਸਤਰ ਹਮਾਰੇ ਮਾਰੀਏ ਆਪ ਹੱਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤ੍ਰਾਸ ਨਵਰੀਏ ਹੋ ਜੋ ਸਦਾ ਹਮਾਰੇ ਪਛਾ ਸਿਰਸ ਤੁਝ ਜੋ ਕਰਿਓ ਰਚਾ ਰੱਖ ਲਿਓ ਮੋਏ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਦਾ ਪੁਰੀ ਤਤਰ ਦਸ ਪੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸਵਾਰਾ ਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਗ ਛਨਿ ਉਪਜਾਇਓ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹਬਤ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਤੋਲਾ ਸਭ
ਪਰ ਕਿਰਪਾ ਦ੍ਰਿਸ਼ਟ ਕਰ ਭੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਅਕਰਖ ਕਰਤੋ ਕਬ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੇ ਬੋਝ ਉਤਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਤੁਮ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਕੋ ਭੇਵ ਨ ਪਾਪਤ ਭੇਦਾ ਤਾਂ ਕੋ ਕਰਮਾਨ ਅਨਮਾਨਦ ਮਹਾ ਮੂੜ ਕਛ ਭੇਦ ਨ ਜਾਣ ਮਹਾਨ ਦੇਵ ਕੋ ਕਹਿਤ ਸਦਾ ਸ਼ਿਵ ਕਾਰ ਕਾ ਚੇਨਤ ਨੈ ਪੈ ਆਪ ਆਪਣੀ ਬੁੱਧ ਹੈ ਜੇ ਤੀ ਭਿੰਨ ਭਿੰਨ ਤੋਇ ਤੇ ਤੁਮਰਾ ਲਖਾ ਨ ਜਾਏ ਪਸਾਰਾ ਕੁਝ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਅਨੰਤ ਪਇਓ ਰਾਵ ਕੈ ਕੋਪਾ ਅੰਡਜ ਜੇ ਰਜ ਸੇ ਤਜ ਕੀਨੀ ਕੁਝ ਖਾਨ ਬਹੁ ਰਚ ਦੇ ਕਹੋ ਕੁਲ ਰਾਜਾ ਹਵ ਬੈਠਾ ਸਮਟ ਪਿਓ ਸੰਕਰਿ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੇ ਅੰਭਵ ਅਵਰ ਅੱਛਾ ਮੇਰੀ ਤੁਮ ਕਰੋ ਸੁਖਿ ਉਬਾਰਿ ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਜਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੈ ਕਹਿ ਦੁਸ਼ਟ ਦੁਖਤ ਹਵ ਮਰੈ ਉਰਖ ਜਵਨ ਪਗ ਪਰੇ ਤਿਹਾਰੇ ਕਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤਿਐ ਆਕੇ ਕਾਲ ਨਿਕਟਨੇ ਐ ਰੱਛਾ ਹੋਈ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਸੰਜਾਇ ਨਿਹਾਰੋ ਆਕੇ ਤਾਪ ਤਨਕ ਮੋ ਹਰੋ ਔਰੇ ਤੁਸੀਂ ਕਰਮ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਹਰ ਪਾਸ ਤੇ ਤਾਏ ਜਿਨ ਨਰ ਨਾਮ ਤੇ ਹਾਰੋ ਕਹਾ ਦੁਸ਼ਟ ਲੋਕ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਆਪੋ ਹੱਥ ਦੇ ਲਿਓ ਉਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਖੜਗ ਕੇ ਤੁਮੈ ਸਰਨ ਤਿਹਾਰੀ ਆਪੋ ਹੱਥ ਦੇ ਲਿਓ ਉਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਗ ਰਤਨ ਪਰਿਵਾਰ ਭਰੀਆਂ ਸਬਦ ਗਾਉਣੇ ਆਈਆਂ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਤੁ ਮਨ ਮੇਰੇ ਦੁਖ ਸਭ ਵਿਸਾਰਣਾ ਸਭ ਨਾਂਗਲ ਸਮਰਥ ਸਵਾਮੀ ਸੁਖ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚ ਨਾਮ ਮੇਰਾ ਆਧਾਰੋ ਕਰ ਸ਼ਾਂਤ ਸੁਖਮਨ ਆਯੁਸਿਆ ਜੇ ਨਿਛਾ ਸਭ ਪੁਜਾਈਆ ਸਦਾ ਗੁਰੂ
कहे नानक सुनो संतो सब करो प्यारो साचा ना मिराया दारो वजे पंच दो तुद वस कीते काल कंड कुमारिया कहे नानक तैस को अत करन दवाजे पार ब्रह्म प्रपाया त्रि सगले सुरे संत सजन पै सर से पूरे गुर के जान सुनते कहते पवित्र सत गुरु रहा पर पूरे ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਭੁੱਲਾ ਚੁੱਕਾਂ ਦੀ ਕਿਵਾਂ ਬਖਸ਼ਣੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਸ਼ੁਕਰਾਨਾ ਕਰੇ ਸ਼ੁਕਰਾਨਾ ਸਿਰ ਤਰ ਮਨ ਕਰੇ ਸ਼ੁਕਰਾਨਾ 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 ਜੈ ਗੁਰੂ ਜੀ ਕੀ ਅਬ ਹਮ ਮੰਤਰ ਜਾਪ ਕਰੇਂਗੇ ਸਦਾ ਸਹਾਰ
जय गुरु जी की।